ਬੁੱਢਾਦਰਿਆ ਐਕਸ਼ਨ ਫਰੰਟ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਲੁਧਿਆਣਾ ਦੇ ਅਸ਼ਮੀਤ ਅਕੈਡਮੀ ਚ ਬੁੱਢਾਦਰਿਆ ਨੂੰ ਲੈ ਕੇ ਸੈਮੀਨਾਰ ਕਰ ਬੈਠਕ ਕੀਤੀ ਗਈ। ਇਸ ਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਦੌਰਾਨ ਉਹਨਾਂ ਨੂੰ ਐਗਜੀਬਿਸ਼ਨ ਦੇ ਜ਼ਰੀਏ ਜਾਗਰੂਕ ਕੀਤਾ ਗਿਆ। ਦੱਸਦੇ ਕਿ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਹੋਏ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਬੁੱਢੇ ਨਾਲੇ ਨੂੰ ਲੈ ਕੇ ਸਿਆਸਤ ਹੁੰਦੀ ਆ ਰਹੀ ਹੈ। ਇਹ ਬੁੱਢਾ ਨਾਲਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਬੰਦ ਰਿਹਾ, ਜਿਸ ਨੂੰ ਲੈ ਕੇ ਸਰਕਾਰਾਂ ਨੂੰ ਸੋਚਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਿੱਤ ਵਿੱਚ ਫੈਸਲਾ ਲੈਣ ਦੀ ਬਜਾਏ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸੰਸਥਾਵਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਚਲਾਇਆ ਗਿਆ ਤੇ ਲੋਕਾਂ ਨੂੰ ਇਸ ਦੇ ਜ਼ਰੀਏ ਜਾਗਰੂਕ ਕੀਤਾ ਜਾ ਰਿਹਾ। ਸੁਨੇਹਾ ਇਹ ਹੈ ਕਿ ਅਸੀਂ ਤਾਂ ਵਾਤਾਵਰਣ ਨਾਲ ਹੋ ਰਹੀ ਤ੍ਰਾਸਦੀ ਦੀ ਇੱਕ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਜੇ ਅਸਲੀਅਤ ਆਪਾਂ ਅੱਖੋਂ ਪਰੋਖੇ ਕਰਾਂਗੇ ਤਾਂ ਲੋਕ ਜਾਣੂ ਕਿਵੇਂ ਹੋਣਗੇ? ਜੇ ਤੁਹਾਡੇ ਮਾਧਿਅਮ ਰਾਹੀਂ ਇਹ ਲੋਕਾਂ ਕੋਲ ਪਹੁੰਚੇਗੀ, ਦੇਸ਼ 'ਚ ਪਹੁੰਚੇਗੀ, ਪ੍ਰਦੇਸ਼ 'ਚ ਪਹੁੰਚੇਗੀ, ਵਿਦੇਸ਼ 'ਚ ਪਹੁੰਚੇਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਸਰਕਾਰਾਂ ਜਾਗਰੂਕ ਹੋਣਗੀਆਂ। ਸਰਕਾਰਾਂ ਕਈ ਵਾਰੀ ਅੰਨੀਆਂ ਅਤੇ ਬੋਲੀਆਂ ਹੋ ਜਾਂਦੀਆਂ, ਕਈ ਵਾਰੀ ਕੇਸਲ ਮਾਰ ਦਿੰਦੀਆਂ, ਕਈ ਵਾਰੀ ਉਹਨਾਂ ਦੀਆਂ ਇਲੈਕਸ਼ਨਾਂ ਆ ਜਾਂਦੀਆਂ। ਉਹਨਾਂ ਨੂੰ ਚਾਹੀਦਾ ਹੈ ਕਿ ਵਾਤਾਵਰਣ ਇੱਕ ਨਿਰੰਤਰ ਕੇਂਦਰ ਬਿੰਦੂ ਚਾਹੀਦਾ, ਕਿਉਂਕਿ ਵਾਤਾਵਰਣ ਇੰਨਾ ਜ਼ਿਆਦਾ ਵਿਗੜ ਚੁੱਕਿਆ ਕਿ ਇਹਦਾ ਹੁਣ ਇਲਾਜ ਹੋਣਾ ਇੰਨਾ ਸੌਖਾ ਨਹੀਂ ਹੈ। 70 ਸਾਲ ਦੀ ਖਰਾਬ ਹੋਈ ਚੀਜ਼ ਨੂੰ ਤੁਸੀਂ 7 ਸਾਲਾਂ 'ਚ ਵੀ ਠੀਕ ਕਰਨ ਦੀ ਕੋਸ਼ਿਸ਼ ਕਰੋਗੇ ਜੇ ਨਿਰੰਤਰ ਕੋਸ਼ਿਸ਼ ਕਰੋਗੇ ਤਾਂ। ਇਹਦੇ ਵਿੱਚ ਜਿੰਨੇ ਵਲੰਟੀਅਰ ਖੜ੍ਹੇ ਆ, ਮੇਰੇ ਨਾਲ ਸਰਦਾਰ ਰਣਜੋਤ ਸਿੰਘ ਖੜ੍ਹੇ ਆ, ਇਹ ਇੰਡਸਟਰੀਅਲਿਸਟ ਨੇ, ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਅਸੀਂ ਚਾਹੁੰਦੇ ਹਾਂ ਬਈ ਸਾਰੇ ਬੰਦਿਆਂ ਨੂੰ ਗਵਰਨਮੈਂਟ, ਪੰਜਾਬ ਸਰਕਾਰ ਸਟੇਕ ਹੋਲਡਰ ਬਣਾਵੇ, ਸਿਰਫ MLA ਨਹੀਂ, ਕਾਉਂਸਲਰ ਨਹੀਂ, ਮੰਤਰੀ ਨਹੀਂ, ਜਦੋਂ ਤੱਕ ਆਮ ਆਦਮੀ ਜਿਹੜਾ ਜੁੜਿਆ ਹੋਇਆ। ਕਿਉਂਕਿ ਮੈਂ ਵਾਰ ਵਾਰ ਕਹਿੰਦਾ ਕਿ ਪੋਲੀਟੀਸ਼ੀਅਨ 5 ਸਾਲ ਲਈ ਆਉਂਦਾ, IAS ਅਫਸਰ ਜਾਂ ਅਧਿਕਾਰੀ 2 ਸਾਲਾਂ ਲਈ ਆਉਂਦਾ, ਇੱਕ ਜਿਹੜਾ ਸਿਟੀਜ਼ਨ ਆ ਨੋਰਮਲ ਉਹਨੂੰ ਹਰ ਵੇਲੇ ਇਹਦੇ ਨਾਲ ਜਿਉਣਾ, ਉਹਨੇ ਆਪਣੀ ਜ਼ਿੰਦਗੀ ਇਹਦੇ ਨਾਲ ਕੱਢਣੀ ਹੈ। ਅਤੇ ਆਪਾਂ ਆਪਣੀਆਂ ਨਸਲਾਂ ਅਤੇ ਫਸਲਾਂ ਲਈ ਕੀ ਬਚਾ ਕੇ ਜਾ ਰਹੇ ਹਾਂ? ਪਰਿਆਵਰਣ 3 ਚੀਜ਼ਾਂ ਨਾਲ ਬਣਿਆ, ਹਵਾ, ਪਾਣੀ ਅਤੇ ਮਿੱਟੀ। ਜੇ ਆਪਾਂ ਨੂੰ ਜਿਹੜੇ ਪੁਰਖਾਂ ਨੇ ਚੰਗੀ ਦਿੱਤੀ ਸੀ ਨਾ, ਸਾਰੇ ਜਣੇ ਕਹਿੰਦੇ ਆ ਵੀ ਪਾਣੀ ਸਾਡਾ ਬੜਾ ਸਾਫ਼ ਸੀ, ਬੜਾ ਨਿਰਮਲ ਸੀ, ਇਸ 'ਚ ਨਹਾਉਂਦੇ ਹੁੰਦੇ ਸੀ, ਹੈ ਨਾ। ਦੇਖੋ, ਬੁੱਢਾ ਦਰਿਆ ਐਕਸ਼ਨ ਫਰੰਟ ਅਤੇ PAC ਨੇ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ ਕਿ ਬੁੱਢਾ ਦਰਿਆ ਦੇ ਨਾਲ ਨਾਲ ਪੈਦਲ ਮਾਰਚ ਕੀਤਾ ਜਾਵੇ ਔਰ ਰਸਤੇ 'ਚ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਅਤੇ ਇਹਦੇ ਵਾਸਤੇ ਮੈਂ ਤਾਂ ਇਹ ਕਹੂੰਗੀ ਕਿ ਮਾਈਕਰੋ ਮੈਕਰੋ ਦੋਨੋਂ ਲੈਵਲਸ 'ਤੇ ਜਾਗਣ ਦੀ ਲੋੜ ਹੈ। ਮੈਕਰੋ ਲੈਵਲ 'ਤੇ ਸਰਕਾਰ ਆਪਣੇ ਤਰਫ ਤੋਂ ਇਹਨੂੰ ਸਾਫ਼ ਕਰਨ ਦੇ ਕਦਮ ਉਠਾਏ ਔਰ ਮਾਈਕਰੋ ਲੈਵਲ 'ਤੇ ਹਰ ਲੁਧਿਆਨਵੀ ਦਾ ਫਰਜ਼ ਹੈ, ਜੋ ਵੀ ਉਹ ਮੈਨੇਜ ਕਰ ਸਕਦਾ ਆਪਣਾ ਵੇਸਟ ਮੈਨੇਜ ਕਰੇ, ਤਾਂ ਕਿ ਇਹ ਨਾ ਹੋਏ ਕਿ ਕੂੜੇ ਦੇ ਲਿਫਾਫੇ ਭਰ ਭਰ ਕੇ ਜਿਹੜੇ ਹੈ ਨਾ ਉਹ ਬੁੱਢੇ ਦਰਿਆ ਦੇ ਜਾਂ ਤਾਂ ਜਿਹੜੀਆਂ ਜਾਲੀਆਂ ਲੱਗੀਆਂ ਉਹਦੇ ਨੀਚੇ ਦੀ ਜਾਂ ਉੱਪਰ ਦੀ ਵਗਾ ਕੇ ਅੰਦਰ ਮਾਰ ਦਿਉ। ਔਰ ਕਿੰਨੇ ਉੱਥੇ ਮੀਟ ਦੀ ਦੁਕਾਨਾਂ ਉਹਦਾ ਵੀ ਵੇਸਟ ਜਿਹੜੇ ਲਿਫਾਫੇ ਭਰ ਭਰ ਕੇ ਪਾ ਦਿੰਦੇ ਆ। ਅਤੇ ਆਪਾਂ ਕੁਛ ਨਾ ਕੁਛ ਇਸ ਤਰ੍ਹਾਂ ਕਰੀਏ ਕਿ ਜਿਹੜਾ ਵੇਸਟ ਹੈ ਅਸੀਂ ਆਪਣੇ ਲੈਵਲ 'ਤੇ ਉਹਨੂੰ ਮੈਨੇਜ ਕਰਕੇ ਉਹਨੂੰ ਕੰਪੋਸਟ ਬਣਾ ਦਈਏ ਤਾਂ ਕਿ ਉਹ ਯੂਸਫੁੱਲ ਹੋ ਜਾਏ। ਔਰ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਜਿੰਨੀ ਵੀ ਟੈਕਸਟਾਈਲ ਜਾਂ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਉਹਦਾ ਜਿਹੜਾ ਐਫਲੂਐਂਟ ਬੁੱਢੇ ਨਾਲੇ ਵਿੱਚ ਪੈ ਰਿਹਾ ਉਹ ਜਿਹੜੇ ਲਾਜ਼ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟਲੀ ਲਾਉਣੇ ਚਾਹੀਦੇ ਹੈ ਔਰ ਉਹਦਾ ਫੋਲੋਅਪ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਜ਼ਹਿਰ ਹੈ ਉਹ ਸਾਡੇ ਪਾਣੀ 'ਚ ਨਾ ਜਾਵੇ। ਕਿਉਂਕਿ ਵਿੱਚ ਫੁੱਟਮਾਰਚ 'ਤੇ ਅਸੀਂ ਇੰਨੀ ਇੱਦਾਂ ਦੀ ਜਗ੍ਹਾ ਵੀ ਦੇਖੀ ਕਿ ਵੀਟ ਲੱਗੀ, ਕਣਕ ਲੱਗੀ ਸੀਗੀ ਅਤੇ ਸਰੋਂ ਲੱਗੀ ਹੋਈ ਸੀਗੀ ਔਰ ਪਾਣੀ ਉਹਨੂੰ ਜਿਹੜਾ ਹੈ ਬੁੱਢੇ ਦਰਿਆ ਦਾ ਵਾਲਾ ਪਾਣੀ ਪਾਈਪ ਰਾਹੀਂ ਇਰੀਗੇਸ਼ਨ ਉਹਨੂੰ ਕਰ ਰਹੇ ਸੀ। ਹੁਣ ਤੁਸੀਂ ਆਪ ਦੇਖੋ ਕਿ ਜਿਹੜਾ ਬੁੱਢੇ ਦਰਿਆ 'ਚ ਇੰਨਾ ਪੋਇਜ਼ਨ ਹੈ ਉਹ ਪੋਇਜ਼ਨ ਵਾਲਾ ਪਾਣੀ ਜਦੋਂ ਸਾਡੇ ਬੂਟਿਆਂ ਨੂੰ ਲੱਗੂਗਾ ਅਤੇ ਜਿਹੜੀ ਅਸੀਂ ਉਹ ਕਣਕ ਅਤੇ ਬ੍ਰੈਡ ਜਾਂ ਰੋਟੀ ਖਾਵਾਂਗੇ ਜਾਂ ਫਿਰ ਅਸੀਂ ਉਹ ਤੇਲ ਦਾ ਇਸਤੇਮਾਲ ਕਰਾਂਗੇ ਉਹਦੇ ਰਾਹੀਂ ਜ਼ਹਿਰ ਕਿੰਨਾ ਸਾਡੇ ਅੰਦਰ ਆਏਗਾ। ਕੋਈ ਵੰਡਰ ਨਹੀਂ ਕਿ ਜਿਹੜੀ ਕੈਂਸਰ ਟ੍ਰੇਨ ਹੈ ਉਹ ਲੁਧਿਆਣੇ ਤੋਂ ਆਪਣਾ ਜਿਹੜਾ ਰਾਜਸਥਾਨ ਵੱਲ ਜਾ ਰਹੀ ਹੈ, ਪੰਜਾਬ ਤੋਂ ਜਾ ਰਹੀ ਹੈ। ਔਰ ਮੈਨੂੰ ਲੱਗਦਾ ਜੇ ਇਹੀ ਹਾਲ ਰਿਹਾ ਤਾਂ ਕਈ ਟ੍ਰੇਨ ਚਲਾਉਣੀਆਂ ਪੈਣਗੀਆਂ, ਇੱਕ ਕੈਂਸਰ ਟ੍ਰੇਨ ਨਹੀਂ ਬਹੁਤ ਟ੍ਰੇਨ ਚਲਾਉਣੀਆਂ ਪੈਣਗੀਆਂ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਹੋ ਰਹੀ ਹੈ। ਦੇਖੋ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਇਹਨਾਂ ਵੀਰਾਂ ਨੇ ਕੀਤਾ, ਅਸੀਂ ਜਦੋਂ ਐਂਟਰ ਕੀਤੀਆਂ ਇਸ ਹਾਲ ਦੇ ਵਿੱਚ ਤਾਂ ਇਹੋ ਜਿਹੀਆਂ ਤਸਵੀਰਾਂ, ਭਿਆਨਕ ਤਸਵੀਰਾਂ ਨਜ਼ਰ ਆਈਆਂ ਨੇ। ਉਹਦੇ ਵਿੱਚ ਕਾਲਾ ਪਾਣੀ, ਵਾਤਾਵਰਣ ਖਰਾਬ, ਦਰੱਖਤਾਂ 'ਤੇ ਪੱਤੇ ਹੈ ਨਹੀਂ, ਉਜੜੇ ਬੁਜੜ, ਇੱਦਾਂ ਲੱਗਦਾ ਜਿਵੇਂ ਪੰਜਾਬ ਸਾਰਾ ਉੱਜੜ ਬੁੱਜੜ ਗਿਆ। ਅਤੇ ਉੱਜੜ ਬੁੱਜੜਨ ਦਾ ਕਾਰਨ ਇਹ ਸਰਕਾਰਾਂ ਦੀਆਂ ਨੀਤੀਆਂ ਨੇ। ਤੋ ਇਹ ਕੁਛ ਲੋਕ ਉੱਠੇ ਨੇ ਜਿਹੜੇ ਲੁਧਿਆਣੇ ਦੇ, ਹੈ ਕੁਛ ਸਾਬਕਾ ਅਫਸਰ ਨੇ, ਕੁਛ ਬਿਜ਼ਨਸਮੈਨ ਨੇ, ਲੋਕ ਉੱਠੇ ਨੇ ਕੁਛ ਕਰਨ ਵਾਸਤੇ ਵੀ ਕਮ ਸੇ ਕਮ ਜੇ ਸਰਕਾਰ ਨਹੀਂ ਕੁਛ ਕਰ ਰਹੀ ਤਾਂ ਅਸੀਂ ਇਹਨੂੰ ਸੰਭਾਲੀਏ। ਤੋ ਉਸ ਸੰਬੰਧ ਵਿੱਚ ਅੱਜ ਇਹਨਾਂ ਨੇ ਇੱਥੇ ਸਾਲਾਨਾ ਆਪਣਾ ਪ੍ਰੋਗਰਾਮ ਕੀਤਾ ਸੀ ਜਿਹੜਾ ਕਿ ਬਹੁਤ ਹੀ ਕਾਮਯਾਬ ਰਿਹਾ। ਅਲੱਗ ਅਲੱਗ ਤਰ੍ਹਾਂ ਦੇ ਸਟਾਲਸ ਲੱਗੇ ਹੋਏ ਨੇ ਇੱਥੇ,
ਜਿਹਦੇ 'ਚ ਵਾਤਾਵਰਨ ਨੂੰ ਬਚਾਉਣ ਵਾਸਤੇ ਉਹਦੇ 'ਚ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਉਸ ਸਟਾਲਾਂ 'ਤੇ ਲੜਕੇ ਜਾਂ ਸਾਰੇ ਵਲੰਟੀਅਰਸ ਖੜ੍ਹੇ ਨੇ। ਸੋ ਅੱਜ ਯੂਨਾਈਟਿਡ ਸਟੇਟ ਟੀਮ ਇੱਥੇ ਆਈ ਸੀ, ਇਹਨਾਂ ਨੇ ਬੇਨਤੀ ਕੀਤੀ ਸੀ ਯੂਨਾਈਟਿਡ ਸਟੇਟ ਦੀ ਟੀਮ ਨੂੰ ਕਿ ਤੁਸੀਂ ਲੰਗਰ ਦੀ ਸੇਵਾ ਕਰੋ, ਤਾਂ ਸਾਡੀ ਟੀਮ ਨੇ ਲੰਗਰ ਦੀ ਇੱਥੇ ਸੇਵਾ ਕੀਤੀ ਹੈ। ਜਦੋਂ ਜਦੋਂ ਵੀ ਇਹ PSC ਵਾਲੇ ਸਾਨੂੰ ਆਵਾਜ਼ ਮਾਰਨਗੇ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਜਾਵਾਂਗੇ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੱਤੇਵਾੜਾ ਜੰਗਲ ਦੀ ਇੱਕ ਕੰਪੇਨ ਚੱਲੀ ਸੀ, ਉਹਦੇ 'ਚ ਲੋਕਾਂ ਦੇ 71 ਨੇ ਲੋਕਾਂ ਦੇ ਇਕੱਠ ਸਫਲਤਾ ਪ੍ਰਾਪਤ ਕੀਤੀ ਹੈ। ਉੱਥੇ ਯੂਨਾਈਟਿਡ ਸਟੇਟ ਦੀ ਪੂਰੀ ਟੀਮ ਪਹੁੰਚੀ ਸੀ ਅਤੇ ਉਹਨਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਸੀ। ਤੋ ਸੋ ਮੈਂ ਸਾਰਿਆਂ ਦਾ ਧੰਨਵਾਦ ਕਰ ਦੇਣਾ ਵੀਰਾਂ ਦਾ ਵੀ ਜਿਹੜੇ ਇੰਨੇ ਐਫਰਟਸ ਕਰ ਰਹੇ ਨੇ, ਔਰ ਸਰਕਾਰ ਨੂੰ ਚਾਹੀਦਾ ਇਹਨਾਂ ਲੋਕਾਂ ਦੀ ਗੱਲ ਸੁਣੇ ਅਤੇ ਉਸ ਦੇ ਵਿੱਚ ਆਪਣਾ ਬਣਦਾ ਰੋਲ ਜ਼ਿੰਮੇਵਾਰੀ ਪੂਰੀ ਕਰੇ, ਬੁੱਢੇ ਨਾਲਿਆਂ ਨੂੰ ਜਲਦੀ ਜਲਦੀ ਸਾਫ਼ ਕਰੇ ਤਾਂ ਕਿ ਅਸੀਂ ਪੁਰਾਣਾ ਬੁੱਢਾ ਦਰਿਆ ਦੇਖ ਸਕੀਏ। ਗਲੋਬਲ ਪੰਜਾਬ ਟੀਵੀ ਦੇ ਲਈ ਲੁਧਿਆਣਾ ਤੋਂ ਰਵਿੰਦਰ ਅਰੋੜਾ ਦੀ ਰਿਪੋਰਟ।